ਹਾਂਜੀ ਵੈਲਕਮ ਜੀ ਆਪ ਸਭ ਦਾ ਪੰਜਾਬੀ ਅਮੀਚੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਆ ਜੀ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਆਪਾਂ ਤੁਹਾਡੇ ਵਾਸਤੇ ਵੀਰੋ ਹਰ ਰੋਜ਼ ਲੈ ਕੇ ਆਈਆਂ ਨਵੀਆਂ ਖਬਰਾਂ ਕੋਸ਼ਿਸ਼ ਕਰੀਦੀ ਆ ਆਪਣੇ ਵੱਲੋਂ ਬਈ ਚੰਗੀਆਂ ਖਬਰਾਂ ਲੈ ਕੇ ਆਈਏ ਤੇ ਲੈ ਕੇ ਹਾਜ਼ਰ ਆ 17 ਅਗਸਤ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟਸ ਵੀਡੀਓ ਨੂੰ ਵੀਰੋ ਸ਼ੁਰੂ ਤੋਂ ਲੈ ਕੇ ਹਿੰਦ ਤੱਕ ਪੂਰੀ ਦੇਖਿਓ ਇਹ ਹੈਗਾ ਆ ਪਾਰਟ 1 ਤੇ ਪਾਰਟ 2 ਜਿਹੜਾ ਸ਼ਾਮ ਨੂੰ ਆਉਣੀ ਆ ਆਪਾਂ ਤਾਂ ਖਬਰਾਂ ਨੇ ਡਿਵਾਈਡ ਕੀਤੀਆਂ ਹੋਈਆਂ ਮੈਂ ਦੋ ਪਾਰਟਸ ਦੇ ਵਿੱਚ ਪਾਰਟ 1 ਤੇ ਪਾਰਟ 2 ਜਿਹਦੇ ਵਿੱਚ ਆਪਾਂ ਤੁਹਾਨੂੰ ਛ ਡਬਲ ਜਿਹੜੀ ਇਨਫੋਰਮੇਸ਼ਨ ਦੇ ਦਿੱਤੀ ਆ ਸੋ ਦੇਖਦੇ ਆ ਜੀ ਆਪਾਂ ਕੁਝ ਨਵੀਆਂ ਤਾਜ਼ੀਆਂ ਅਪਡੇਟਸ ਸਭ ਤੋਂ ਪਹਿਲਾਂ ਵੀਰੋ ਅਪਡੇਟ ਦੀ ਗੱਲ ਕਰੀਏ ਅਪਡੇਟ ਆਪਣੀ ਆ ਰਹੀ ਹੈਗੀ ਜੀ ਇਟਲੀ ਤੋਂ ਜਿੱਦਾਂ ਕਿ ਵੀਰੋ ਤੁਹਾਨੂੰ ਆਪਾਂ ਜਿਹੜੀ ਰਾਤ ਅਪਡੇਟ ਦਿੱਤੀ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਇਸ ਵਕਤ ਉਸ ਕੰਟਰੀ ਦੇ ਵਿੱਚ ਇੱਥੇ ਕੰਮ ਖਰਾਬ ਹੋ ਰਿਹਾ ਸਾਰਾ ਕਾਫੀ ਜਿਆਦਾ ਨੁਕਸਾਨ ਜਿਹੜਾ ਜੀ ਹੋ ਚੁੱਕਾ ਆ ਤੇ ਪ੍ਰੋਬਲਮ ਜਿਹੜੀ ਆ ਇਸ ਵਕਤ 에어ਪੋਰਟਸ ਦੇ ਉੱਤੇ ਜਿਹੜੀ ਆ ਬਹੁਤ ਜਿਆਦਾ ਜਿਹੜੀ ਚੱਲ ਰਹੀ ਆ ਇਟਲੀ ਨੇ ਵੀ ਜਿਹੜੇ ਆਪਣੇ ਬੰਦੇ ਸੀਗੇ ਜੀ ਉੱਥੇ ਟਾਈਮ ਸਰ ਕੱਢ ਲਏ ਸੀਗੇ ਤੇ ਜਿਹੜੇ ਜਿਹੜੇ ਜਹਾਜ਼ ਜਿਹੜਾ ਸੀਗਾ ਉਹ ਜਿਹੜਾ ਲੈਂਡ ਕਰ ਗਿਆ ਹੈ ਜੀ ਕੱਲ ਰਾਤ ਨੀੜ ਲੈਂਡ ਇਟਲੀ ਦਾ ਜਿਹੜਾ ਜਹਾਜ਼ ਕੀਤਾ ਆ ਜਿਹਦੇ ਵਿੱਚ ਟਾਲਿਨ ਜਿੰਨੇ ਵੀ ਉੱਥੇ ਬੰਦੇ ਸੀਗੇ ਕਾਫੀ ਹੱਦ ਤੱਕ ਸਾਰੇ ਜਿਹੜੇ ਬੰਦੇ ਆ ਜੀ ਉਹ ਇਟਲੀ ਵਿੱਚ ਜਿਹੜੇ ਆ ਵਾਪਸ ਆ ਗਏ ਆ ਤੇ ਵੀਰੋ ਇਸ ਚੀਜ਼ ਦੇ ਉੱਤੇ ਜੋ ਵੇ ਸਾਰਾ ਕੰਮ ਹੋ ਰਿਹਾ ਇਸ ਵਕਤ ਇਹਦੇ ਉੱਤੇ ਜਰਮਨ ਦੇ ਜਿਹੜੇ ਮਿਨਿਸਟਰ ਆ ਐਂਜਲ ਮਾਰਕ ਜਿਹੜੇ ਆ ਉਹਨਾਂ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਆ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਵੀ ਇਹ ਕੰਮ ਹੋ ਰਿਹਾ ਜੀ ਸਾਰਾ ਕੁਝ ਜਿਹੜਾ ਬਹੁਤ ਗਲਤ ਹੋ ਰਿਹਾ ਬਹੁਤ ਜਿਹੜਾ ਖਰਾਬ ਹੋ ਰਿਹਾ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਜੋ ਵੀ ਇਸ ਵਕਤ ਹੋ ਰਿਹਾ ਹੈ ਤੇ ਇਦਾਂ ਦੇ ਹਾਲਾਤ ਦੁਨੀਆ ਨੇ ਵੀ ਜਿਹੜੇ ਤਕਰੀਬਨ ਪਹਿਲੀ ਵਾਰੀ ਆਪਾਂ ਕਹਿ ਸਕਦੇ ਹਾਂ ਵੀ ਸੈਕੰਡ ਜਾਂ ਫਰਸਟ ਵਰਲਡ ਵਾਰ ਤੋਂ ਬਾਅਦ ਇਹੀ ਕੰਮ ਹੋਇਆ ਤੇ ਇਨੇ ਚਿਰ ਬਾਅਦ ਜਿੱਦਾਂ ਕੀ ਜਿਹੜਾ ਕੰਮ ਜੋ ਵੀ ਹੋ ਰਿਹਾ ਹੈ ਜੀ ਇਹ ਜਿਹੜੀ ਆ ਕਾਫੀ ਜਿਹੜੀ ਇੱਕ ਦੁਨੀਆ ਵਾਸਤੇ ਜਿਹੜੀ ਆ ਵੱਡੀ ਘਟਨਾ ਜਿਹੜੀ ਆ ਸਾਹਮਣੇ ਜਿਹੜੀ ਸਾਬਤ ਹੋਈ ਆ ਤੇ ਵੀਰੋਂ ਇਸ ਦੇ ਉੱਤੇ ਜਿਹੜੀ ਆ ਜੀ ਇੱਕ ਵੱਡੀ ਜਿਹੜੀ ਅਪਡੇਟ ਸਾਹਮਣੇ ਜਿਹੜੀ ਯੂਰਪ ਤੋਂ ਆ ਰਹੀ ਹੈ ਕਿਉਂਕਿ ਜਿਹੜੇ ਉੱਥੇ ਦੇ ਬੰਦੇ ਜਿਹੜੇ ਆ ਸੀ ਇਸ ਵਕਤ ਜਿਹੜੇ ਉੱਥੋਂ ਭੱਜ ਰਹੇ ਤੇ ਕੰਟਰੀ ਛੱਡ ਕੇ ਜਿਹੜੇ ਭੱਜ ਰਹੇ ਆ ਤੇ ਸਾਰੇ ਜਿਹੜੇ ਲੋਕ ਆ ਜੀ ਯੂਰਪ ਵੱਲ ਨੂੰ ਜਿਹੜੇ ਆ ਰਹੇ ਆ ਤੇ ਇਸ ਵਕਤ ਵੀ ਲੋ ਹਜ਼ਾਰਾਂ ਦੀ ਜਿਹੜੀ ਜਿਹੜੀ ਗਿਣਤੀ ਹੈ ਜੀ ਉੱਥੇ ਜਿਹੜੀ ਆ ਲੋਕੀ ਜਿਹੜੀ ਆ ਕੋਸ਼ਿਸ਼ ਕਰ ਰਹੇ ਕਿਸੇ ਤਰ੍ਹਾਂ ਸੀ ਜਿਹੜੇ ਬਾਹਰ ਚਲੇ ਜਾਈਏ ਇਹਦੇ ਤੋਂ ਬਾਅਦ ਜਿਹੜੇ ਲੋਕ ਜਿਹੜੇ ਆ ਜੀ ਇਸ ਵਕਤ ਯੂਰਪ ਦੇ ਵਿੱਚ ਹੁਣ ਜਿਹੜੇ ਐਂਟਰ ਕਰ ਰਹੇ ਆ ਬੰਦੇ ਇਦੇ ਉੱਤੇ ਜਿਹੜੀ 19f ਹੈ ਜਿਹੜੀ ਕਿ ਯੂਰਪੀਅਨ ਯੂਨੀਅਨ ਦੀ ਜਿਹੜੀ ਇੱਕ ਜਿਹੜੀ ਵੱਡੀ ਜਿਹੜੀ ਕਹਿ ਸਕਦੇ ਆਪਾਂ ਵੀ ਕਾਫੀ ਸੇਧੇ ਉਹਨਾਂ ਦੀ ਹੈ ਉਹਨਾਂ ਵਿੱਚ ਇੱਕ ਉਹਨੇ ਜਿਹੜਾ ਇੱਕ ਪਲਾਨ ਤਿਆਰ ਕੀਤਾ ਉਹਨੇ ਕਿਹਾ ਵੀ ਜਿਹੜੇ ਵੀ ਹੁਣ ਬੰਦੇ ਜਿਹੜੇ ਆ ਇਮੀਗ੍ਰੈਂਟਸ ਜਿਹੜੇ ਬੰਦੇ ਆ ਉਤੋਂ ਉਸ ਕੰਟਰੀ ਤੋਂ ਇਟਲੀ ਦੇ ਵਿੱਚ ਜਾਂ ਯੂਰਪ ਦੇ ਵਿੱਚ ਐਂਟਰ ਕਰਨੇ ਆ ਉਹ ਜਿਹੜੇ ਬੰਦੇ ਆ ਜੀ ਪੂਰੀ ਜਿਹੜੀ ਯੂਰਪ ਦੀ ਨੈਸ਼ਨਲ ਟੈਰੀਟਰੀ ਆ ਸਾਰੇ ਵਿੱਚ ਜਿਹੜੇ ਉਹ ਬੰਦੇ ਆ ਇੱਕ ਇੱਕ ਹਿਸਾਬ ਦੇ ਨਾਲ ਜਿਹੜੇ ਆ ਇਹ ਭੇਜੇ ਜਾਣੇ ਆ ਸਾਰੇ ਪਾਸੇ ਜਿਹੜੇ ਡਿਵਾਈਡ ਕੀਤੇ ਜਾਣੇ ਆ ਤੇ ਵੀਰੋ ਜੇਕਰ ਗੱਲ ਕਰੀਏ ਅੰਦਰੀਆ ਲੋਕੋਮੀਨੀ ਅੰਡਰੀਏਲੋ ਕੋਮਿਨੀ ਜਿਹੜੇ ਆ ਯਾਕੋਮਿਨੀ ਸੋਰੀ ਇਹਨੇ ਜਿਹੜੇ 19 ਫਿਟਾਲੀਆ ਦੇ ਜਿਹੜੇ ਪੋਰਟਾ ਪੁੱਛੇ ਆ ਇਹਨਾਂ ਵੱਲੋਂ ਇੱਕ ਦੱਸਿਆ ਗਿਆ ਨੇ ਕਿ ਆ ਵੀ ਇਸ ਵਕਤ ਜਿਹੜੇ ਉੱਥੇ ਦੇ ਹਾਲਾਤ ਆ ਜੀ ਕਾਫੀ ਖਰਾਬ ਆ ਜਿਹੜੇ ਉੱਥੇ ਦੇ ਇਸ ਵਕਤ ਜਿਹੜੇ ਲੋਕੀ ਭੱਜ ਰਹੇ ਆ ਤੇ ਅਸੀਂ ਜਿਹੜੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਨੂੰ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਚਿੰਤਾ ਆ ਇਸ ਵਕਤ ਤੇ ਉਹ ਕਹਿ ਰਹੇ ਆ ਵੀ ਉਹ ਜਿਹੜੇ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉੱਥੋਂ ਉਸ ਘੰਟੇ ਦੇ ਵਿੱਚ ਨੂੰ ਦਿੱਤੀ ਉਹਨਾਂ ਨੇ ਕਿਹਾ ਵੀ ਇਸ ਵਕਤ ਇੱਥੇ ਤਕਰੀਬਨ 2 ਤੋਂ 4 ਲੱਖ ਬੰਦਾ ਐਸਾ ਆ ਨੰਬਰ ਪੱਕਾ ਨਹੀਂ ਪਤਾ ਦੋਲਿਆ ਫਿਰ ਰਿਹਾ ਵੀ ਉਹਨਾਂ ਨੂੰ ਕੋਈ ਜਿਹੜਾ ਰਸਤਾ ਨਹੀਂ ਲੱਭ ਰਿਹਾ ਹੈਗਾ ਜਿਹੜੇ ਕੈਂਪਾਂ ਦੇ ਵਿੱਚ ਇਸ ਵਕਤ ਲੋਕ ਜਿਹੜੇ ਰਹਿਣ ਨੂੰ ਮਜਬੂਰ ਆ। ਤੇ ਉਹਨਾਂ ਨੇ ਦੱਸਿਆ ਵੀ ਨਾ ਇੱਥੇ ਜਿਹੜੇ ਜੀ ਖਾਣ ਦੀ ਕੋਈ ਇਸ ਵਕਤ ਇਹਨਾਂ ਕੋਲ ਹੈਗਾ ਆ ਨਾ ਕੋਈ ਪਾਣੀ ਪੀਣਾ ਨਾ ਕੋਈ ਦਵਾਈ ਇਹਨਾਂ ਕੋਲ ਤੇ ਛੋਟੇ-ਛੋਟੇ ਜਿਹੜੇ ਫੋਕਾ ਲਈ ਬਣ ਰਹੇ ਆ ਮਲਾਤੀ ਜਦੋਂ ਕਿ ਪੋਲੀਓ ਜਿਹੜੀ ਬਿਮਾਰੀ ਆ ਉਹ ਵੀ ਹੋ ਰਿਹਾ ਬੱਚਿਆਂ ਨੂੰ ਛੋਟਿਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੀ ਜਿਹੜੀ ਕਮੀ ਆ ਤੇ ਜਿਹੜੀ ਹੋਰ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਆ ਖਾਣ ਪੀਣ ਦੀ ਕਮੀ ਕਰਕੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਵੀ ਦੱਸਿਆ ਵੀ ਇਸ ਵਕਤ ਇੱਥੇ ਜਿਹੜੇ ਆ ਜੀ ਇਸ ਵਕਤ ਅ ਕਈ ਐਸੇ ਬੱਚੇ ਆ ਜਿਨ੍ਹਾਂ ਦੀ ਜਿਹੜੀਆਂ ਫੈਮਲੀਆਂ ਜਿਆ ਨਹੀਂ ਪਤਾ ਲੱਗ ਰਹੀਆਂ ਵੀ ਬੱਚਿਆਂ ਦੀ ਫੈਮਲੀਆਂ ਜਿਹੜੀਆਂ ਕਿੱਥੇ ਗਈਆਂ ਫੈਮਲੀਆਂ ਸਾਰੀਆਂ ਬੱਚੇ ਦੀਆਂ ਜਿਹੜੀਆਂ ਇੱਧਰ ਉੱਧਰ ਜਿਹੜੀਆਂ ਹੋ ਗਈਆਂ ਆ ਉਹ ਜਿਹੜੇ ਬੱਚੇ ਆ ਛੋਟੇ ਉਹਨਾਂ ਨੂੰ ਇਸ ਵਕਤ ਬਹੁਤ ਜ਼ਿਆਦਾ ਖਤਰਾ ਆਇਆ ਤੁਹਾਨੂੰ ਤੇ ਵਾਇਲੈਂਸ ਜਿਹੜਾ ਆ ਬਹੁਤ ਜ਼ਿਆਦਾ ਹੋ ਸਕਦੀ ਆ ਇਸ ਤੋਂ ਇਲਾਵਾ 500 ਤੋਂ ਵੱਧ ਜਿਹੜਾ ਬੱਚਾ ਆ ਯੂ ਕਹਿ ਰਿਹਾ ਵੀ ਆਲਰੇਡੀ ਜਿਹੜਾ ਆਪਣੀ ਜਾਨ ਇੱਥੇ ਗਵਾ ਚੁੱਕਾ ਆ ਜੋਸਤ ਲਾ ਬਨਉ ਨੇ ਕਿਹਾ ਵੀ ਬਾਕੀ ਜਿਹੜਾ 에ਰਪੋਰਟ ਦਾ ਜਿਹੜਾ ਜ਼ੋਨ ਹੈ ਜਿਹਦੇ ਵਿੱਚ ਜਿਹੜੇ ਸਿਵਲ ਵਾਰ ਜਿਹੜੀ ਸਟਾਰਟ ਹੋ ਗਈ ਹੈ ਸਿਵਲ ਵਾਰ ਦਾ ਮਤਲਬ ਹੀ ਆਪਣੇ ਜਿਹੜੇ ਸਿਟੀਜ਼ਨ ਬੰਦੇ ਆ ਉਹੀ ਜਿਹੜੇ ਆ ਇੱਕ ਦੂਜੇ ਨਾਲ ਜਿਹੜੇ ਉੱਥੇ ਮਾਰਵਾੜ ਕਰ ਰਹੇ ਆ ਉਹੀ ਇੱਕ ਦੂਜੇ ਨਾਲ ਜਿਹੜੇ ਲੜ ਰਹੇ ਆ ਹਰ ਇੱਕ ਬੰਦਾ ਜਿਹੜਾ ਆ ਇਹੀ ਚਾਹ ਰਿਹਾ ਵੀ ਅਸੀਂ ਜਿਹੜੇ ਜਹਾਜ਼ ਦੇ ਵਿੱਚ ਕਿਸ ਤਰ੍ਹਾਂ ਚੜ੍ਹੇ ਜਾਈਏ ਜਿਹਦੇ ਵਿੱਚ ਰਾਤ ਨੂੰ ਤੁਹਾਨੂੰ ਦੱਸਿਆ ਵੀ ਬੰਦਿਆਂ ਦੀ ਜਿਹੜੀ ਮੌਤ ਹੋਈ ਆ ਤੇ ਇਹ ਸਾਰੇ ਚੀਜ਼ਾਂ ਦੇਖਦੇ ਹੋਏ ਵੀਰੋ ਯੂਰਪ ਨੇ ਤਾਂ ਇਹ ਫੈਸਲਾ ਕੀਤਾ ਸੀਗਾ ਵੀ ਅਸੀਂ ਜਿਹੜੇ ਬੰਦੇ ਆ ਜੀ ਇਹਨਾਂ ਨੇ ਐਂਟਰੀ ਕਰਾਣ ਆਸਟ੍ਰੇਲੀਆ ਕੰਟਰੀ ਦਾ ਜਿਹੜਾ ਬਿਆਨ ਆਇਆ ਆਸਟ੍ਰੇਲੀਆ ਕੰਟਰੀ ਨੇ ਪਹਿਲੀ ਜਿਹੜਾ ਕਹਿ ਦਿੱਤਾ ਆ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਜਿਹੜੇ ਫਰੰਟੀਅਰ ਦੇ ਜਿਹੜੇ ਸਾਡੇ ਬਾਰਡਰ ਜਿਹੜੇ ਆ ਜੀ ਅਸੀਂ ਬੰਦ ਕਰ ਦੁੱਤੇ ਆ ਵੀ ਜੇਕਰ ਤੁਸੀਂ ਸਾਡੇ ਬੰਦੇ ਇੱਥੇ ਭੇਜੂਗੇ ਸਾਡੇ ਬਾਰਡਰ ਦੇ ਉੱਤੇ ਅਸੀਂ ਜਿਹੜੇ ਐਂਟਰੀ ਨਹੀਂ ਦੇਣੀ ਤੇ ਉਹਨਾਂ ਨੇ ਕਿਹਾ ਆ ਵੀ ਜੇਕਰ ਜਿਹੜੇ ਉਹਦੇ ਅਧਿਕਾਰ ਲਿਆ ਜਿਹੜੇ ਕੀ ਉਹਦੇ ਮਿਨਿਸਟਰ ਆ ਹੈਵ ਮਿਨਿਸਟਰ ਆ ਉਹਨਾਂ ਬਲ ਉਸੇ ਅੱਗੇ ਉਹਨਾਂ ਨੇ ਕਿਹਾ ਵੀ ਜੇਕਰ ਇਹਨਾਂ ਲੋਕਾਂ ਨੂੰ ਜਿਹੜੀ ਹੈ ਜੀ ਉੱਥੇ ਭੱਜ ਰਹੇ ਆ ਇਹਨਾਂ ਨੂੰ ਜਿਹੜੀ ਹੈ ਹੈਲਪ ਦੀ ਲੋੜ ਆ ਤੀ ਇਹਦਾ ਮਤਲਬ ਹੀ ਨਹੀਂ ਹੈਗਾ ਵੀ ਹੈਲਪ ਜਿਹੜੀ ਹੁਣ ਇਹ ਯੂਰਪ ਦੇ ਵਿੱਚੋਂ ਜਿਹੜਾ ਸਭ ਤੋਂ ਲਾਗਲੇ ਦੇਸ਼ ਲੱਗਦੇ ਆ ਹੈਲਪ ਜਿਹੜੀ ਆ ਉਹਨਾਂ ਦੇਸ਼ਾਂ ਦਾ ਫਰਜ਼ ਬੰਦਾ ਵੀ ਉਹ ਦੇਸ਼ ਜਿਹੜੇ ਆ ਉਹਨਾਂ ਨੂੰ ਸਹਾਰਾ ਬੰਨ ਨਾ ਕਿ ਏਸ਼ੀਆ ਤੋਂ ਚੱਲ ਕੇ ਇਹ ਜਿਹੜੀ ਹੈ ਯੂਰਪ ਦੇ ਵਿੱਚ ਹੁਣ ਐਂਟਰ ਹੁ ਇਹ ਕੋਈ ਕਹਿੰਦੇ ਵੀ ਗੱਲ ਨਹੀਂ ਹੈਗੀ ਜਿਹੜੇ ਨਾਲ ਦੇ ਆਲੇ ਦੁਆਲੇ ਇੰਨੇ ਜਿਆਦਾ ਅਰਬ ਕੰਟਰੀਸ ਆ ਉਹਨਾਂ ਨੂੰ ਚਾਹੀਦਾ ਹੈ ਵੀ ਉਹ ਜਿਹੜੀਆਂ ਦੀ ਹੈਲਪ ਕਰਨ ਇਸ ਤੋਂ ਲਾਵਾ ਵੀਰੂ ਜੇਕਰ ਗੱਲ ਕਰੀ ਆ ਪਾਲ ਬਲਬਨੀਆ ਦੀ ਬਲਬਨੀਆ ਦੇ ਵਿੱਚ ਜੋ ਉਸਦੇ ਪ੍ਰੀਮੀਅਰ ਐਡੀਰਾਵਾ ਉਹਨਾਂ ਵੱਲੋਂ ਜਿਹੜਾ ਇਹ ਚੀਜ਼ ਜਿਹੜੇ ਦੱਸਿਆ ਕਿ ਉਹਨੇ ਕਿਹਾ ਵੀ ਅਸੀਂ ਜਿਹੜੇ ਬੰਦੇ ਆ ਜੀ ਅਸੀਂ ਸਾਰੇ ਉਹਨੂੰ ਜਿਹੜੇ ਜਿੰਨੇ ਵੀ ਪ੍ਰਫੂ ਕੀ ਹੈਗੇ ਆ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਐਂਟ ਜਿਹੜੀ ਆ ਦਿੱਤੀ ਜਾਵੇਗੀ ਸਾਡੇ ਵੱਲੋਂ ਸੋ ਬਾਕੀ ਵੀਰ ਹੁਣਾਂ ਵਾਸਤੇ ਦੇਖਣ ਵਾਲੀ ਗੱਲ ਇਹ ਹੈ ਵੀ ਹੁਣ ਕਿਹੜੀ ਯੂਰਪ ਦੀ ਕੰਟਰੀ ਜਿਹੜੀਆਂ ਬਾਕੀ ਆ ਉਹ ਇਹਦੇ ਬਾਰੇ ਕੀ ਵਿਚਾਰ ਕਰਦੀਆਂ ਆ ਤੇ ਇਸ ਚੀਜ਼ ਜਿਹੜਾ ਕੀ ਸਮਾਧਾਨ ਜਿਹੜਾ ਨਿਕਲਦਾ ਵੀ ਯੂਰਪ ਵਾਲੇ ਜਿਹੜੇ ਬੰਦੇ ਹੁਣ ਇਹਨਾਂ ਨੂੰ ਐਂਟਰੀ ਜਿਹੜੀ ਦਿੱਤੀ ਜਾਵੇਗੀ ਜਾਂ ਨਹੀਂ ਦਿੱਤੀ ਜਾਵੇਗੀ ਕੁਝ ਕਈਆਂ ਕੰਟਰੀਜ਼ ਦਾ ਕਹਿਣਾ ਅਸੀਂ ਨਹੀਂ ਦੇਣੀ ਕਈਆਂ ਦਾ ਕਹਿਣਾ ਅਸੀਂ ਦੇਣੀ ਆ ਪੂਰੀ ਲਿਸਟ ਜਿਹੜੀ ਹਲ ਤੱਕ ਜਾਰੀ ਨਹੀਂ ਹੋਈ ਇਟਲੀ ਦੀ ਜੇਕਰ ਗੱਲ ਕਰੀ ਇਟਲੀ ਜਿਹੜੀ ਹੈ ਜੀ ਐਂਟਰੀ ਨੂੰ ਦੇਣ ਨੂੰ ਮਨਜ਼ੂਰੀ ਜਿਹੜੀ ਹੈ ਇਟਲੀ ਜਿਹੜੀ ਆ ਦੇ ਸਕਦਾ ਕਿਉਂਕਿ ਇਟਲੀ ਬਾਕੀ ਤੁਨੀਜ਼ੀਆ ਤੇ ਲੀਬੀਆ ਤੋਂ ਬੰਦੇ ਕਾਫੀ ਐਂਟਰੀ ਕਰਾਉਂਦਾ ਆ ਇਸ ਕਰਕੇ ਇਟਲੀ ਜਿਹੜੀ ਆ ਕਾਫੀ ਹੱਦ ਤੱਕ ਚਾਂਸ ਹੈਗਾ ਵੀ ਇਟਲੀ ਜਿਹੜੀ ਐਂਟਰ ਕਰਾ ਲ ਤੀ ਜਾਣੀਆਂ ਇਸ ਤੋਂ ਇਲਾਵਾ ਗੱ ਤੇ ਕਾਫੀ ਹੈ ਜਬਰਦਸਤ ਘਟਨਾ ਇੱਕ ਐਕਸੀਡੈਂਟ ਇੱਕ ਹੋਇਆ ਆ ਰਾਤ ਨੂੰ ਜਿਹਦੇ ਵਿੱਚ ਇੱਕ 28 ਸਾਲ ਦੀ ਜਿਹੜੀ ਹੈ ਜੀ ਉਹਦੀ ਮੌਤ ਹੋਈ ਆ ਇੱਕ 28 ਸਾਲ ਦੇ ਮੁੰਡੇ ਦੀ ਜਿਹੜੀ ਆ ਮੌਤ ਹੋਈ ਆ ਤੇ ਜਿਹੜੀ ਘਟਨਾ ਵਾਪਰੀ ਹੈ ਵੀਰੋ ਇਹ ਜਿਹੜੀ ਹੈ ਜੀ ਰਾਗੂਸਾਨੂ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ ਤੇ ਇਹ ਜਿਹੜੀ ਘਟਨਾ ਹੈ ਜੀ ਆਪਸ ਵਿੱਚ ਜਿਹੜੀਆਂ ਜਿਹੜੀਆਂ ਦੋ ਜਿਹੜੀਆਂ ਕਾਰਾਂ ਆ ਉਹਨਾਂ ਦਾ ਜਿਹੜਾ ਟੱਕਰ ਹੋਈ ਆ ਤੇ ਥੋੜੀ ਜੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਰਾਤ ਦੇ ਸਮੇਂ ਜਿਹੜੀ ਆ ਉਹਦੇ ਵਿੱਚ ਆ ਗਈ ਸੜਕ ਜਿਹੜਾ ਟਾਈਮਸ ਜਿਹੜਾ ਸੜਕ ਦਾ ਜਿਹੜਾ ਡਿਸਟੈਂਸ ਹੈਗਾ ਥੋੜਾ ਜਿਹਾ ਉਹ ਜਿਹੜਾ ਇੱਧਰ ਉੱਧਰ ਹੋ ਗਿਆ ਗੱਡੀਆਂ ਦਾ ਜਿਹਦੇ ਕਰਕੇ ਬਹੁਤ ਹੀ ਜ਼ਬਰਦਸਤ ਜਿਹੜੀ ਟੱਕਰ ਹੋਈ ਆ ਤੇ ਵੀਰੋ ਇਹ ਜਿਹੜੀ ਘਟਨਾ ਇੱਥੇ ਨਹੀਂ ਮੁੱਕਦੀ ਮੁੰਡੇ ਵਾਸਤੇ ਜਿਹਦੀ ਮੌਤ ਹੋਈ ਹੈ ਇਹ 28 ਸਾਲ ਦਾ ਮੁੰਡਾ ਸੀਗਾ ਉਹਦਾ ਜਿਹੜਾ ਆ ਅੱਜ ਜਿਹੜਾ 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 ਅੱਜ ਉਹਦਾ ਵਿਆਹ ਹੋਣਾ ਸੀਗਾ ਮੁੰਡੇ ਦਾ ਇੱਥੇ ਉਹਦੀ ਜਿਹੜੀ ਆ ਮੈਟ੍ਰਿਮੋਨੀਅਮ ਸੀਗੀ ਅੱਜ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਰਾਤ ਨੂੰ ਜਿਹੜੀ ਆ ਮੁੰਡੇ ਦੀ ਜਿਹੜੀ ਇਹ ਦਦਨਾ ਕਿਹੜੀ ਮੌਤ ਹੋਈ ਆ ਤੇ ਜਿਹੜੀ ਦੂਜੀ ਗੱਡੀ ਚ ਸੀਗੇ ਉਹਦੇ ਵਿੱਚ ਤਿੰਨ ਬੱਚੀਆਂ ਸੀਗੀਆਂ ਤੇ ਨਾਲ ਮਾਂ ਪਿਓ ਸੀਗੇ ਉਹਨਾਂ ਦੇ ਸੱਟਾਂ ਕਾਫੀ ਲੱਗੀਆਂ ਪਰ ਉਹਨੂੰ ਤਾਂ ਬਚਾਅ ਹੋ ਗਿਆ ਇਸ ਤੋਂ ਬਾਅਦ ਗੱਲ ਕਰੀ ਵੀਰੋ ਮੌਸਮ ਦੀ ਜਾਣਕਾਰੀ ਦੀ ਮੌਸਮ ਦੀ ਜੇਕਰ ਗੱਲ ਕਰੀ ਵੀਰੋ ਆਪਾਂ ਤੇ ਮੌਸਮ ਜਿਹੜਾ ਹੈ ਜੀ ਹੁਣ ਆਨਲਾਈਨ ਦੇਣੇ ਵਿੱਚ ਜਿਹੜਾ ਹੈ ਕਾਫੀ ਖਰਾਬ ਹੋ ਸਕਦਾ ਹੈ ਕਾਫੀ ਮੌਸਮ ਜਿਹੜਾ ਹੈ ਠੰਡਾ ਵੀ ਹੋ ਸਕਦਾ ਹੈ ਤੇ ਇਹ ਜਿਹੜਾ ਮੌਸਮ ਹੈ ਕਈਆਂ ਇਲਾਕਿਆਂ ਦੇ ਵਿੱਚ ਜਿਹੜੇ ਹੁਣ ਤੂਫਾਨ ਵਗੈਰਾ ਜਿਹੜੇ ਲੈ ਕੇ ਆਉਣੇ ਨੇ ਤੇ ਕਈ ਜਿਹੜੇ ਤੂਫਾਨ ਆ ਕੱਲ ਜਿਹੜਾ ਰਾਤ ਵੀ ਕਾਫੀ ਤੂਫਾਨ ਜਿਹੜਾ ਆਇਆ ਹੈ ਕਾਫੀ ਇਲਾਕਿਆਂ ਤੇ ਅੱਜ ਵੀ ਤੂਫਾਨ ਹੁੰਨ ਦੀ ਸੰਭਾਵਨਾ ਕਈਆਂ ਇਲਾਕਿਆਂ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਤੂਫਾਨ ਵਗੈਰਾ ਜਿਹੜੇ ਆ ਜੀ ਕਈਆਂ ਇਲਾਕਿਆਂ ਦੇ ਵਿੱਚ ਜਿਹੜੇ ਆ ਆ ਸਕਦੇ ਆ ਹਨੇਰੀ ਵਗੈਰਾ ਜਿਹੜੀ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕਾਫੀ ਇਲਾਕਿਆਂ ਦੇ ਵਿੱਚ ਜਿਹੜੀ ਆ ਵਧ ਗਈ ਆ ਇਸ ਤੋਂ ਬਾਅਦ ਗੱਲ ਕਰੀ ਵੀਰ ਅਗਲੀ ਅਪਡੇਟ ਦੀ ਅਗਲੀ ਅਪਡੇਟ ਆਪਣੀ ਆ ਰਹੀ ਹੈਗੀ ਸਿਚੀਲਿਆ ਤੋਂ ਸਿਚੀਲਿਆ ਨੇ ਵੀਰੋ ਜਿਹੜੇ ਪਬਲਿਕ ਜਿਹੜੇ ਆਫਿਸ ਆ ਜੀ ਅਫੀਸੀ ਪਬਲਿਕ ਜਿੰਨੇ ਵੀ ਹੈਗੇ ਆ ਉਹਨਾਂ ਵਿੱਚ ਜਿਹੜਾ ਗ੍ਰੀਨ ਪਾਸ ਜਿਹੜਾ Obligo Sicca ਸਸਪੈਂਡ ਜਿਹੜਾ ਆ ਕਰ ਦਿੱਤਾ ਗਿਆ ਆ ਯਾਨੀ ਕਿ ਤੁਸੀਂ ਜੇਕਰ ਵੀਰੋ ਆਪਣੇ ਕਿਸੇ ਵੀ ਪਬਲਿਕ ਇਸ ਵਕਤੋ ਆਫਿਸ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਬਿਨਾ ਕਿਸੇ ਗ੍ਰੀਨ ਪਾਸ ਤੋਂ ਜਾ ਸਕਦੇ ਆ ਜੇਕਰ ਤੁਸੀਂ ਇਸ ਚੀਲੀਆ ਦੇ ਵਿੱਚ ਰਹਿੰਦੇ ਆ ਸੋ ਬਾਕੀ ਵੀਰੋ ਇਹ ਸੀ ਜੀ ਆਪਣੀਆਂ ਛੋਟੀਆਂ ਜੀਆਂ ਪਹਿਲਾ ਪਾਰਟ ਪਾਰਟ 1 ਬਾਕੀ ਤੁਹਾਨੂੰ ਮਿਲਦਾ ਆਪਾਂ ਦੂਜੇ ਸੈਕੰਡ ਪਾਰਟ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਵੀਡੀਓ ਸਟਰੀਆਂ ਜਿਆਦਾ ਲੰਬੀਆਂ ਨਹੀਂ ਹੋਣੀਆਂ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਿਰਫ ਆਪਾਂ ਸਿਰਫ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਵੇ ਬਾਦੂ ਗੱਲਾਂ ਆਪਾਂ ਨਾ ਕਰੀਏ ਤੇ ਮਿਲਦਿਆਂ ਜੀ ਆਪਾਂ ਹੁਣ ਸ਼ਾਮਾਂ ਦੀ ਆਪਡੇਟ ਦੇ ਨਾਲ ਤਤਲੇ ਆਪਣੇ ਦਾ ਆਪਣੇ ਪ੍ਰਵਾਸ ਦਾ ਖਿਆਲ ਰੱਖਿਓ ਤੁਹਾਡਾ ਵੀਡੀ